ਹੋਣੀ ਸਭ ਦੇਖੋ NIA ਜੋ ਰੇਡ ਕਰ ਰਹੀ ਹੈ ਉਹਦਾ ਜੋ ਕੁਛ ਵੀ ਹੈ ਅਗਰ ਕਿਸੇ 'ਚ ਨਿਕਲੂਗਾ ਹੁਣ ਜੋ ਕੋਈ ਗਲਤ ਕੰਮ ਕਰੂਗਾ ਉਹਦੇ 'ਤੇ ਹੋ ਰਿਹਾ ਸਰ ਵਿਜੀਲੈਂਸ ਪੰਜਾਬ 'ਚ ਕਾਰਵਾਈ ਕਰ ਰਹੀ ਹੈ ED ਕਿਤੇ ਨਾ ਕਿਤੇ ਹੁਣ ਸ਼ਾਂਤ ਹੋ ਗਈ ਹੈ ਕਿ ਚੁਣਾਵ ਆ ਰਹੇ ਆ ਤਾਂ ਕਰਕੇ ਜਾਂ ਜੇ ਐਕਟਿਵ ਹੋ ਗਈ ਤੁਸੀਂ ਕਹੋਗੇ ਵੀ ਬਾਂਬ ਰੋਡ ਰਹੇ ED ਵਾਲੇ ਉਹ ਤਾਂ ਦੋਨੋਂ ਪਾਸੇ ਐਸਾ ਵੀ ਸਰ ਡਬਲ ਐਜ ਸੋਡ ਹੁਣ ਕਰ ਦਿਆਂਗੇ ਤੁਸੀਂ ਕਹੋ ਵੀ ਸੈਂਟਰ ਦਖਲ ਕਰ ਰਿਹਾ ਸਾਰਾ ਕੁਛ ਹੀ ਹੋਊਗਾ ਸਾਹਿਬ ਜਿਹੜੇ ਲੋਕਾਂ ਨੇ ਕਾਲੇ ਕਰਤੂਤਾਂ ਕੀਤੀਆਂ ਨਾ ਸਾਹਿਬ ਮੈਂ ਕਿਸੇ ਪਾਰਟੀ ਦਾ ਕਿਸੇ ਇੱਕ ਪਰਟੀਕੁਲਰ ਬੰਦੇ ਦਾ ਨਾਮ ਹੈ ਵਕੀਲ ਨਾਮ ਹੈ ਕਿਸੇ ਨਾਲ ਖੁੰਦਕ ਬੰਦਾ ਮੈਂ ਵੀ ਹੋ ਸਕਦਾ ਮੇਰੀ ਵੀ ਕਿਸੇ ਨਾਲ ਰੰਜਿਸ਼ ਹੋਈ ਮੈਂ ਆਪਣੀ ਰੰਜਿਸ਼ ਆਪਣੇ ਦਮ 'ਤੇ ਕੱਢਣ ਦੇ ਰੱਖਦਾ ਸਭ ਕਿਤੇ ਮੇਰੇ ਸੂਟ ਆ ਕੇ ਮੈਂ ਦੇ ਦੂੰਗਾ ਪਰ ਸਰਕਾਰ ਦੀ ਤਾਕਤ ਦਾ ਇਸਤੇਮਾਲ ਆਪਣੇ ਪੋਲੀਟੀਕਲ ਮੰਤਵ ਵਾਸਤੇ ਨਹੀਂ ਸਰਕਾਰ ਦਾ ਲੋਕਾਂ ਵਾਸਤੇ ਇਸਤੇਮਾਲ ਹੋਣਾ ਚਾਹੀਦਾ ਆਹ ਜੋ ਕੁਛ ਵਿਜੀਲੈਂਸ ਕਰ ਰਹੀ ਹੈ ਆਹ ਜਿਹੜੇ ਤਹਿਸੀਲਦਾਰ ਕਹਿ ਰਹੇ ਆ ਮੈਂ ਸਮਝਦਾ ਇਹਦੇ ਬਾਅਦ ਕੋਈ ਹੋਰ ਕਹਿਣ ਦੇਣ ਦਾ ਕੋਈ ਲੈ ਸਰ ਸੈਂਟਰ ਦੇ ਵਿੱਚ ਜਿਹੜਾ ਅਲਾਇੰਸ ਹੋ ਗਿਆ ਵਾ ਇੰਡੀਆ ਨਾਮ ਦੀ ਪਾਰਟੀ ਬਣ ਗਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਵਿਜੀਲੈਂਸ ਹੁਣ ਜਿਹੜੀ ਵੀ ਕਾਂਗਰਸੀ ਲੀਡਰਸ ਨੂੰ ਛੱਡੇਗੀ ਅਤੇ ਜਿਹੜੇ ਬੀਜੇਪੀ ਜੁਆਇਨ ਕੀਤੇ ਕਾਂਗਰਸੀ ਉਹਨਾਂ ਨੂੰ ਕਰ ਰਹੀ ਹੈ ਪਰੇਸ਼ਾਨ ਕਿਹਨੂੰ ਪਰੇਸ਼ਾਨ ਕਰਦੀ ਹੈ ਨਹੀਂ ਕਰਦੀ ਸਾਹਿਬ ਮੇਰਾ ਮਤਲਬ ਹੈ ਵੀ ਅੱਜ ਪੰਜਾਬ ਦੇ ਅੰਦਰ ਅਪੋਜੀਸ਼ਨ ਹੈ ਨਹੀਂ ਅਪੋਜੀਸ਼ਨ ਦੀ ਜ਼ਿੰਮੇਵਾਰੀ ਅਫੀਸ਼ੀਅਲ ਰੈਕਗਨੀਸ਼ਨ ਉਹਨਾਂ ਕੋਲ ਹੈ ਕਾਂਗਰਸ ਕੋਲ ਚਾਹੇ ਉਹ ਕੋਠੀ ਕਾਰ ਅਤੇ ਸਾਰਾ ਝੰਡਾ ਉਹਨਾਂ ਨੂੰ ਮੁਬਾਰਕ ਸਾਹਿਬ ਅੱਬਲ ਤਾਂ ਉਹਨਾਂ ਨੂੰ ਮੋਰੈਲਿਟੀ ਉਹਨੂੰ ਛੱਡ ਦੇਣਾ ਚਾਹੀਦਾ ਸੀ ਵੀ ਹੁਣ ਅਸੀਂ ਇਕੱਠੇ ਹੋ ਗਏ ਪਰ ਲੋਕਾਂ ਦੀ ਆਵਾਜ਼ ਚੱਕਣ ਵਾਸਤੇ BJP ਬੈਠੀ ਹੈ ਸਾਹਿਬ BJP ਦੀ ਆ ਜ਼ਿੰਮੇਵਾਰੀ ਅਸੀਂ ਪੂਰੀ ਨਿਭਾਵਾਂਗੇ ਲੋਕਾਂ ਦੀ ਆਵਾਜ਼ ਚੱਕਾਂਗੇ ਕਾਂਗਰਸ ਪੰਜਾਬ ਨੇ ਗੋਡੇ ਟੇਕਦੇ ਹੋਣੇ ਹੈ BJP ਆਪਣੇ ਥਾਂ ਖੜੀ ਹੈ ਲੋਕਾਂ ਨਾਲ ਖੜਾ